ਆਸਟ੍ਰੇਲੀਆ ਦੇ ਵਿੱਚ ਪੀਆਰ ਕਿੱਦਾਂ ਲਿੱਤੀ ਜਾਏਗੀ, ਕਿਹੜਾ ਰਸਤਾ ਅਪਣਾਇਆ ਜਾਏਗਾ ਪੀਆਰ ਲਈ? ਇਹ ਸਵਾਲ ਆਲਮੋਸਟ ਹਰ ਸਟੂਡੈਂਟ ਲਈ ਹੈ ਅਤੇ ਹਰ ਸਟੂਡੈਂਟ ਆਪਣੇ ਏਜੰਟ ਨੂੰ ਇਹ ਸਵਾਲ ਪੁੱਛਦਾ ਜਾਂ 11 ਦੋਸਤਾਂ ਨੂੰ ਪੁੱਛਦਾ। ਦੋ ਤਿੰਨ ਚੀਜ਼ਾਂ ਨੋਟ ਕਰਨੀਆਂ ਬਹੁਤ ਇੰਪੋਰਟੈਂਟ ਹੈ। ਪਹਿਲੀ ਗੱਲ ਕਿ ਤੁਹਾਡੇ ਕੋਲ ਸਕਿੱਲ ਹੈਗਾ ਜਿਹਦੀ ਆਸਟ੍ਰੇਲੀਆ ਦੇ ਵਿੱਚ ਰਿਕੁਆਇਰਮੈਂਟ ਹੈ। ਦੂਜੀ ਚੀਜ਼ ਇਹ ਸੋਚੋ ਕਿ ਪਿਛਲੇ 1.5 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਨਹੀਂ ਆ ਪਾਇਆ ਅਤੇ ਲੱਗਦਾ ਨਹੀਂ ਅਗਲੇ 1 ਸਾਲ ਤੱਕ ਸਟੂਡੈਂਟ ਆਏਗਾ। ਇਜ਼ ਦਿਸ ਦ ਪਰਫੈਕਟ ਟਾਈਮ ਟੂ ਗੈਟ ਪੀ ਆਰ ਬਿਕੋਜ਼ ਤੁਹਾਡਾ ਕੰਪੀਟੀਸ਼ਨ ਨਹੀਂ ਹੈਗਾ, ਬਹੁਤ ਸਕਿੱਲਡ ਲੇਬਰ ਨਹੀਂ ਆ ਰਹੀ ਪਿੱਛੋਂ, ਜਾਂ ਟੈਂਪਰਰੀ ਵੀਜ਼ਾ ਹੋਲਡਰਸ ਨਹੀਂ ਆ ਰਹੇ, ਇੰਟਰਨੈਸ਼ਨਲ ਸਟੂਡੈਂਟਸ ਨਹੀਂ ਆ ਰਹੇ, ਨਵੇਂ ਗ੍ਰੈਜੂਏਟਸ ਨਹੀਂ ਆ ਰਹੇ, ਨਵੀਂ ਸਕਿੱਲਡ ਮਾਈਗ੍ਰੇਸ਼ਨ ਨਹੀਂ ਹੋ ਰਹੀ ਆਸਟ੍ਰੇਲੀਆ ਦੇ ਵਿੱਚ। ਈਵਨ ਦੋ ਇਸ ਫਾਈਨੈਂਸ਼ੀਅਲ ਈਅਰ ਦਾ ਕੋਟਾ ਘੱਟ ਹੈਗਾ ਸਕਿੱਲਡ ਮਾਈਗ੍ਰੇਸ਼ਨ ਦਾ, ਬਟ ਤੁਹਾਡਾ ਕੰਪੀਟੀਸ਼ਨ ਬਹੁਤ ਜ਼ਿਆਦਾ ਨਹੀਂ ਹੈ। ਹੁਣ ਉਹ ਤੋਂ ਬਾਅਦ ਡਿਪੈਂਡ ਕਰਦਾ ਕਿ ਤੁਹਾਡਾ ਸਕਿੱਲ ਕਿਹੜਾ ਹੈ ਅਤੇ ਕਿਹੜੀ ਸਟੇਟ ਦੇ ਵਿੱਚ ਰਹਿ ਰਹੇ ਹੋ। ਅੱਜ ਦੀ ਡੇਟ ਦੇ ਵਿੱਚ ਇਹ ਸਿਰਫ ਪੁਆਇੰਟਸ ਦੀ ਗੇਮ ਨਹੀਂ ਰਹਿ ਗਈ, ਇਹ ਰਹਿ ਗਈ ਹੈ ਤੁਹਾਡੀ ਐਲੀਜੀਬਿਲਿਟੀ ਦੀ। ਜ਼ਿਆਦਾਤਰ ਸਟੇਟਸ ਚਾਹੁੰਦੀਆਂ ਸਕਿੱਲਡ ਮਾਈਗ੍ਰੇਸ਼ਨ, ਜਿਹੜੀ ਕਿ ਉਹ ਸਟੇਟ ਦੇ ਵਿੱਚ ਰਹੇ, ਉੱਥੇ ਵੈਲਿਊ ਐਡ ਕਰੇ ਆਪਣੇ ਸਕਿੱਲ ਦੇ ਵਿੱਚ। ਉਹਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਕਿੱਥੇ ਤੁਸੀਂ ਰੀਜਨਲ 'ਚ ਰਹਿ ਰਹੇ ਹੋ ਜਾਂ ਮੈਟਰੋਪੋਲੀਟਨ 'ਚ ਰਹਿ ਰਹੇ ਹੋ, ਆਪਣੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਜੇ ਇਸ ਵੇਲੇ ਵੀ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਪੀ ਆਰ ਨਹੀਂ ਮਿਲੇਗੀ ਜਾਂ ਤੁਸੀਂ ਸਹੀ ਰਸਤੇ 'ਤੇ ਨਹੀਂ ਹੋ ਅਤੇ ਆਪਣਾ ਇੱਕ ਪੀ ਆਰ ਪਾਥਵੇ ਪਲਾਨ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਇਹ ਨਾ ਹੋਵੇ ਕਿ ਬਹੁਤ ਜ਼ਿਆਦਾ ਲੇਟ ਹੋ ਜਾਓ ਤੁਸੀਂ ਆਪਣੇ ਪੀ ਆਰ ਲਈ। ਬੈਸਟ ਟਾਈਮ ਟੂ ਗੈਟ ਪੀ ਆਰ ਆਉਣ ਵਾਲੇ ਟਾਈਮ ਦੇ ਵਿੱਚ, ਜਦੋਂ ਕਿ ਆਸਟ੍ਰੇਲੀਆ ਇਕਨੋਮਿਕ ਰਿਕਵਰੀ ਵੱਲ ਨੂੰ ਤੁਰੇਗਾ, ਉਸ ਵੇਲੇ ਸਾਰੇ ਸਕਿੱਲਸ ਦੀ ਲੋੜ ਪਏਗੀ। ਕੀ ਰੀਜ਼ਨ ਹੈ ਇੱਕ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਆਸਟ੍ਰੇਲੀਆ ਦੇ ਵਿੱਚ, ਇਹ ਸਮਝਣਾ ਬਹੁਤ ਇੰਪੋਰਟੈਂਟ ਹੈਗਾ। ਕਿਉਂ ਸ਼ੈਫ ਨੂੰ ਕ੍ਰਿਟੀਕਲ ਸੈਕਟਰ ਦੇ ਵਿੱਚ ਪਾਇਆ, ਕਿਉਂ ਸ਼ੈਫ ਨੂੰ ਸਾਰੇ ਇੰਪੋਰਟੈਂਸ ਦੇ ਰਿਹਾ? ਈਵਨ ਦੋ ਕਿ ਬਹੁਤ ਸਾਰੇ ਕਾਲਜਿਸ ਨੇ ਜਿਹੜੇ ਕੁੱਕ ਅਤੇ ਸ਼ੈਫ ਦੇ ਕੋਰਸ ਕਰਾਉਂਦੇ ਤੇ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆਹ ਕੋਰਸ ਕਰਦੇ ਨੇ, ਫਿਰ ਵੀ ਆਸਟ੍ਰੇਲੀਆ ਨੂੰ ਇਸ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਘਾਟ ਹੈ। ਅੱਜ ਦੀ ਡੇਟ 'ਚ ਰੀਜਨਲ 'ਚ ਜਾ ਕੇ ਦੇਖੋ, ਬਹੁਤ ਸਾਰੇ ਰੈਸਟੋਰੈਂਟ ਹੈ ਜਿਹੜੇ ਬੰਦ ਪਏ ਹੈ, ਅਤੇ ਇਸ ਲਈ ਤੁਹਾਨੂੰ ਸਿਰਫ ਲੋੜ ਹੈਗੀ ਇੱਕ ਗਾਈਡੈਂਸ ਦੀ ਅਤੇ ਆਪਣੇ ਆਪ ਨੂੰ ਅਪਡੇਟ ਰੱਖਣ ਦੀ। ਤੁਹਾਡੀ ਮਦਦ ਕੋਈ ਤਾਂ ਹੀ ਕਰੇਗਾ ਜੇ ਤੁਸੀਂ ਆਪਣੇ ਆਪ ਦੀ ਮਦਦ ਕਰੋਗੇ। ਆਪਣੇ ਆਪ ਨੂੰ ਅਪਡੇਟਡ ਰੱਖੋ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹਰ ਕੋਈ ਕੰਟੈਂਟ ਮਿਲਦਾ, ਲਿਮਿਟਿਡ ਇਨਫੋਰਮੇਸ਼ਨ ਮਿਲਦੀ ਹੈ, ਉਹ ਇਨਫੋਰਮੇਸ਼ਨ ਨੂੰ ਐਕਸਪਲੋਰ ਕਰੋ, ਦੇਖੋ ਉਹਦੇ ਵਿੱਚ ਕੀ ਹੈ, ਜਾਂ ਕਿਸੇ ਚੰਗੇ ਮਾਈਗ੍ਰੇਸ਼ਨ ਏਜੰਟ ਨੂੰ ਜਾ ਕੇ।